ਸਤਿ ਸ਼੍ਰੀ ਅਕਾਲ ਪੰਜਾਬੀ ਮਾਮ ਕੁਕਿੰਗ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਅਤੇ ਅੱਜ ਆਪਾਂ ਲੱਗੇ ਸੀ ਸੱਕੜੀਆਂ ਜਿਹੜੀਆਂ ਆਪਾਂ ਬਣਾਉਂਦੇ ਹਾਂ ਨਾ ਉਹਨਾਂ ਦੀ ਮੈਂ ਲੱਗੀ ਸਬਜ਼ੀ ਬਣਾਉਣ। ਮੈਂ ਕਿਹਾ ਸਪੈਸ਼ਲ ਆਪਣੇ ਯੂਟਿਊਬ ਵਾਲੇ ਭੈਣ ਭਰਾਵਾਂ ਨਾਲ ਵੀ ਰੈਸਪੀ ਇਹ ਸ਼ੇਅਰ ਕਰਦੇ ਹਾਂ ਅਤੇ ਚਲੋ ਤੁਹਾਨੂੰ ਮੈਂ ਦੱਸਦੀ ਹਾਂ ਉਹਦੇ ਵਾਸਤੇ ਆਪਾਂ ਕਿਹੜੇ ਕਿਹੜੇ ਗਰੀਨ ਲੈਣੇ ਨੇ। ਜੇ ਤੁਸੀਂ ਮੇਰੇ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਜ਼ਰੂਰ ਕਰੋ ਜੇ ਬੈੱਲ ਦਾ ਆਈਕੋਨ ਵਜਾਉਣਾ ਨਾ ਭੁੱਲਿਓ ਜੇ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇਗਾ ਅਤੇ ਤੁਸੀਂ ਸਪੋਰਟ ਮੈਨੂੰ ਜ਼ਰੂਰ ਕਰੋ। ਤੁਹਾਡੇ ਭੈਣ ਭਰਾਵਾਂ ਦੀ ਸਪੋਰਟ ਦੀ ਜ਼ਰੂਰਤ ਬਹੁਤ ਹੈ ਮੈਨੂੰ ਅਤੇ ਤੁਹਾਡੀ ਸਪੋਰਟ ਨਾਲ ਹੀ ਆਪਣਾ ਚੈਨਲ ਉੱਪਰ ਹੋਣਾ ਅਤੇ ਨਵੀਆਂ ਨਵੀਆਂ ਰੈਸਪੀਆਂ ਸਿੱਖਣ ਵਾਸਤੇ। ਅਤੇ ਤੁਸੀਂ ਦੱਸੋ ਮੇਰੇ ਤੋਂ ਕੀ ਸਿੱਖਣਾ ਚਾਹੁੰਦੇ ਆਪਾਂ ਉਹੀ ਲੈ ਕੇ ਆਵਾਂਗੇ ਅਤੇ ਮਿਲਦੇ ਹਾਂ ਅਗਲੀ ਰੈਸਪੀ ਲੈ ਕੇ। ਤਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਏ ਆਈ ਲਵ ਮਾਈ ਫਰੈਂਡ। ਆਲੂ ਸੱਕੜੀਆਂ ਇਹ ਆਪਣੇ ਕੋਲ ਨੇ ਸੱਕੜੀਆਂ ਤਿੰਨ ਹੈ ਨੇ ਹਰੀਆਂ ਮਿਰਚਾਂ ਚਾਰ ਆਲੂ ਅਤੇ ਇੱਕ ਬੈਂਚ ਇਹ ਪੂਰਾ ਆਪਣੇ ਕੋਲ ਲਸਣ ਦਾ ਅਤੇ ਅੱਧਾ ਪੀਸ ਆਪਾਂ ਲਵਾਂਗੇ ਅਦਰਕ ਦਾ ਇੱਕ ਹੈਗਾ ਆਪਣੇ ਕੋਲ ਪਿਆਜ਼ ਅਤੇ ਇੱਕੋ ਹੈ ਟਮਾਟਰ। ਤੁਸੀਂ ਟਮਾਟਰ ਘੱਟ ਵੱਧ ਆਪਣੇ ਹਿਸਾਬ ਨਾਲ ਕਰ ਸਕਦੇ ਹੋ ਤਿੱਖਾ ਜੇ ਆਪਣੇ ਹਿਸਾਬ ਨਾਲ ਕਰ ਸਕਦੇ ਵੀ ਤੁਸੀਂ ਕਿੰਨਾ ਤਿੱਖਾ ਖਾਂਦੇ ਹੋ ਕਿੰਨਾ ਨਹੀਂ। ਅਸੀਂ ਥੋੜ੍ਹਾ ਤਿੱਖਾ ਖਾਂਦੇ ਹਾਂ ਇਸ ਕਰਕੇ ਤਿੰਨ ਮਿਰਚਾਂ ਪਾਈਆਂ ਨੇ ਕਿਉਂਕਿ ਅਸੀਂ ਲਾਲ ਮਿਰਚ ਯੂਜ਼ ਨਹੀਂ ਜ਼ਿਆਦਾ ਕਰਦੇ ਹੈਗੇ ਅਤੇ ਚਲੋ ਇਹਨਾਂ ਨੂੰ ਹੁਣ ਆਪਾਂ ਉਬਲਣੇ ਰੱਖਣਾ ਉਬਾਲਣੀਆਂ ਨੇ ਰੱਖਦੇ ਹਾਂ ਕੁੱਕਰ ਦੇ ਵਿੱਚ ਇੱਕ ਵਿਸਲ ਲਵਾ ਦਿਆਂਗੇ। ਫਰਾਈ ਹੋ ਗਈ ਆਪਣੀ ਗਰਮ ਅਤੇ ਤੇਲ ਆਪਾਂ ਅੰਦਾਜ਼ੇ ਦੇ ਨਾਲ 4 ਕੱਪ ਜਿਹੜਾ ਨਾ ਉਹ ਤੋਂ ਥੋੜ੍ਹਾ ਜਿਹਾ ਜ਼ਿਆਦਾ ਪਾਵਾਂਗੇ ਕਿਉਂਕਿ ਤੇਲ ਦੇ ਨਾਲ ਹੀ ਇਹ ਵਾਲੀ ਜਿਹੜੀ ਰੈਸਪੀ ਬਹੁਤ ਵਧੀਆ ਲੱਗਦੀ ਹੈ ਕਿਉਂਕਿ ਅਸੀਂ ਇੰਨਾ ਤੇਲ ਨਹੀਂ ਪਾਉਂਦੇ ਹੈਗੇ ਅਸੀਂ ਬਹੁਤ ਘੱਟ ਤੇਲ ਪਾਉਂਦੇ ਹਾਂ ਅਤੇ ਸਾਡੇ ਰੈਸਪੀਆਂ ਬਹੁਤ ਵਧੀਆ ਨੇ। ਇੱਕ ਚਮਚ ਆਪਾਂ ਛੋਟਾ ਜੀਰੇ ਦਾ ਪਾਤਾ ਐਡ ਕਰਦੇ ਹਾਂ ਦੇ ਲਸਣ ਅਤੇ ਪਿਆਜ਼ ਦੋਨੋਂ ਇਕੱਠੇ ਇੱਕ ਤੋਂ 2 ਮਿੰਟਾਂ ਨੂੰ ਆਪਾਂ ਭੁੰਨਾਂਗੇ ਅਤੇ ਫਿਰ ਆਪਾਂ ਪਾਵਾਂਗੇ ਹਰੀ ਮਿਰਚ ਅਦਰਕ ਟਮਾਟਰ ਪੇਸਟ ਬਣਾ ਕੇ ਬਣਾਵਾਂਗੇ ਪਾਵਾਂਗੇ ਉਹਨਾਂ ਨੂੰ ਤੁਹਾਨੂੰ 2 ਮਿੰਟ ਬਾਅਦ ਮੈਂ ਦਿਖਾਉਂਦੀ ਹਾਂ। ਮਸਾਲਾ ਤੜਕਾ ਆਪਣਾ ਇੰਨਾ ਭੁੱਜ ਗਿਆ ਅਤੇ ਹੋਰ ਭੁੰਨਣਾ ਆਪਾਂ ਥੋੜ੍ਹਾ ਜਿਹਾ ਫਿਰ ਐਡ ਕਰਾਂਗੇ ਨਾਲ ਆਪਾਂ ਇਹਦੇ ਪਿਊਰੀ ਬਣਾ ਕੇ ਟਮਾਟਰ ਦੀ। ਲਓ ਜੀ ਤੜਕਾ ਆਪਣਾ ਹੋ ਗਿਆ ਹੁਣ ਤੁਹਾਨੂੰ ਮਸਾਲਿਆਂ ਦੇ ਜ਼ਰਾ ਦਰਸ਼ਨ ਕਰਾ ਦਈਏ। ਇੱਕ ਚਮਚਾ ਛੋਟਾ ਆਪਣੇ ਕੋਲ ਨਮਕ ਦਾ ਹੈਗਾ ਛੋਟਾ ਚਮਚਾ ਹੀ ਹਲਦੀ ਦਾ ਛੋਟਾ ਚਮਚਾ ਹੀ ਆਪਣੇ ਕੋਲ ਕੁੱਟਾ ਹੋਇਆ ਘਰ ਦਾ ਧਨੀਆ ਅਤੇ ਟੀ ਸਪੂਨ ਆਪਣੇ ਕੋਲ ਹੈਗੀ ਹੈ ਕਸ਼ਮੀਰੀ ਮਿਰਚ ਕਲਰ ਵਾਲੀ ਅਤੇ ਕੌੜੀ ਨਹੀਂ ਹੈਗੀ। ਤੁਹਾਨੂੰ ਸਾਰਾ ਸਮੱਗਰੀ ਮੈਂ ਸਹੀ ਤਰੀਕੇ ਨਾਲ ਦੱਸ ਦਿੱਤੀ ਹੈ ਤੁਸੀਂ ਇਸ ਤਰ੍ਹਾਂ ਹੀ ਬਣਾਉਣਾ ਨਮਕ ਮਿਰਚ ਬਾਅਦ 'ਚ ਪੀਸ ਕੇ ਪਾਉਣਾ। ਇਹ ਹੁਣ ਆਪਾਂ ਪਾ ਦਿੱਤਾ ਪੀਰੀ ਜਿਹੜੀ ਬਣਾਈ ਟਮਾਟਰ ਦੀ ਹਰੀ ਮਿਰਚ ਦੀ ਆਪਾਂ 2 ਤੋਂ 3 ਮਿੰਟਾਂ ਨੂੰ ਭੁੰਨਣਾ ਅਤੇ ਫਿਰ ਆਪਾਂ ਮਿਲਦੇ ਹਾਂ ਜਦੋਂ ਐਡ ਕਰਦੇ ਹਾਂ ਸਬਜ਼ੀ। ਤੜਕਾ ਗਿਆ ਆਪਣਾ ਭੁੱਜ ਕਲਰ ਦੇਖ ਲਓ ਤੁਸੀਂ ਕਿੰਨਾ ਸੋਹਣਾ ਤੇਲ ਆ ਗਿਆ ਉੱਪਰ ਨਿਕਲ ਕੇ ਅਤੇ ਹੁਣ ਕਰ ਦਿੰਦੇ ਹਾਂ ਐਡ ਅਤੇ ਆਪਾਂ ਜਾਰ ਧੋ ਕੇ ਨਾ ਜਿਹੜਾ ਆਪਾਂ ਗਰੈਂਡਰ ਕੀਤਾ ਸੀ ਅਤੇ ਥੋੜ੍ਹਾ ਕੱਪ ਆਪਾਂ ਪਾਣੀ ਐਡ ਕੀਤਾ ਸੀ ਤੜਕੇ ਦੇ ਵਿੱਚ ਅਤੇ ਤੁਸੀਂ ਇਹ ਦੇਖ ਲੈਣਾ ਆਪਾਂ 4 ਤੋਂ 5 ਮਿੰਟ ਤੜਕਾ ਭੁੰਨਣਾ ਅਤੇ ਹੁਣ ਢੱਕਣ ਦੇ ਕੇ ਉਹਨੂੰ 2 ਮਿੰਟ ਪਕਾਵਾਂਗੇ ਅਤੇ ਫਿਰ ਐਡ ਕਰਾਂਗੇ ਪਾਣੀ। 1 ਤੋਂ 2 ਮਿੰਟ ਹੋ ਗਏ ਇਹਨੂੰ ਭੁੱਜਦੇ ਨੂੰ ਦਿਖਾ ਦਿਆਂ ਤੁਹਾਨੂੰ ਚੈੱਕ ਕਰਾ ਦਿਆਂ ਅਤੇ ਐਡ ਕਰ ਦਿੰਦੇ ਹੁਣ ਆਪਾਂ ਪਾਣੀ ਇੱਥੇ ਜਿਵੇਂ ਤੁਸੀਂ ਕਰੀ ਬਣਾਉਣੀ ਉਨਾ ਪਾਣੀ ਐਡ ਕਰ ਦਿਓ ਪਾਣੀ ਬਾਅਦ 'ਚ ਵੀ ਐਡ ਹੋਵੇਗਾ ਅਤੇ ਥੋੜ੍ਹੀ ਜਿਹੀ ਆਪਾਂ ਕਸੂਰੀ ਮੇਥੀ ਐਡ ਕਰ ਦਿੰਦੇ ਹਾਂ ਅਤੇ ਪਾਣੀ ਥੋੜ੍ਹਾ ਜਿਹਾ ਹੋਰ ਐਡ ਕਰ ਦਿੰਦੇ ਹਾਂ ਥੋੜ੍ਹੇ ਜਿਹੇ 5 ਮਿੰਟ ਭੁੱਜਣਗੇ ਅਤੇ ਫਿਰ ਆਪਾਂ ਇਹਨਾਂ ਦੇ ਵਿੱਚ ਐਡ ਕਰਨੀਆਂ ਨੇ ਸੱਕੜੀ ਫਿਰ ਐਡ ਕਰਨੀ ਹੈ ਆਪਾਂ ਹੁਣ ਢੱਕਣ ਦੇ ਕੇ ਇਹਨੂੰ 5 ਮਿੰਟ ਕੁੱਕ ਕਰਾਂਗੇ ਇਸ ਤਰ੍ਹਾਂ ਜੀ। ਹੁਣ ਕੁੱਕਰ 'ਚ ਆਪਾਂ ਕਰ ਦਿੰਦੇ ਹਾਂ ਪਾਣੀ ਐਡ ਅਤੇ ਪਾਣੀ ਆਪਾਂ 1 ਲੀਟਰ ਦੇ ਆਸ ਪਾਸ ਪਾਉਣਾ ਹੈ ਜ਼ਿਆਦਾ ਨਹੀਂ ਪਾਉਣਾ ਹੈਗਾ ਅਤੇ ਇਹਦੇ ਵਿੱਚ ਆਪਾਂ ਹੁਣ ਸੱਕੜੀਆਂ ਪਾ ਦੇਣੀਆਂ ਨੇ ਅਤੇ 1 ਕੱਪ ਇਹਨਾਂ ਨੂੰ ਵਿਸਲ ਲਵਾ ਦੇਣੀ ਹੈ ਕਿਉਂਕਿ ਫਿਰ ਵੀ ਇਹ ਰਿੱਝਣੀਆਂ ਨੇ ਜ਼ਿਆਦਾ ਆਪਾਂ ਇਹਨਾਂ ਨੂੰ ਕੁੱਕ ਨਹੀਂ ਕਰਨਾ ਹੈਗਾ ਨਹੀਂ ਫਿਰ ਘੁੱਲ ਜਾਣਗੀਆਂ। ਮਿਲਦੇ ਹਾਂ ਆਪਾਂ 1 ਵਿਸਲ ਦੇ ਬਾਅਦ। ਉਹ ਜੀ 1 ਵਿਸਲ ਹੋ ਗਈ ਇਹਨੂੰ ਮਜ਼ੇ ਦੇ ਪਤਾ ਨਹੀਂ ਲੱਗਦਾ ਆਪਾਂ ਗੈਸ ਕਰ ਦਿੰਦੇ ਹਾਂ ਬੰਦ ਹੋਣੀ ਭਾਫ ਦੇ ਨਾਲ ਸਟੀਮ ਦੇ ਨਾਲ ਹੋ ਜਾਂਦੀ ਸਟੀਮ ਗਈ ਨਿਕਲ ਤੁਹਾਨੂੰ ਦਿਖਾ ਦਈਏ ਹੁਣ ਆਪਣਾ ਪਾਣੀ ਵੀ ਵਿੱਚ ਸੁੱਕ ਗਿਆ ਇਹ ਦੇਖੋ ਅਤੇ ਇਹ ਹੋ ਗਈਆਂ ਨੇ ਸੁੱਕ ਅਤੇ ਹੁਣ ਇਹਨਾਂ ਨੂੰ ਆਪਾਂ ਰੱਖਦੇ ਨੇ ਸਾਈਡ ਅਤੇ ਇਹਨੇ ਦੂਜਾ ਕੰਮ ਕਰ ਲੈਂਦੇ ਮੇਰੇ ਪਰਿਵਾਰ ਦੀਆਂ ਬੱਚਿਆਂ ਦੀਆਂ ਫੇਵਰੇਟ ਚੀਜ਼ਾਂ ਨੇ ਤੁਹਾਡੇ ਵੀ ਸਾਰੇ ਭੈਣ ਭਰਾਵਾਂ ਦੀ ਇਹ ਵਾਲੀ ਰੈਸਪੀ ਫੇਵਰੇਟ ਹੋ ਜੀ ਅਤੇ ਤੁਸੀਂ ਵੀ ਇਸ ਤਰ੍ਹਾਂ ਬੱਚਿਆਂ ਨੂੰ ਬਣਾ ਕੇ ਦਿਆ ਉਹਨਾਂ ਦੀ ਮਨ ਪਸੰਦ ਕਿਉਂਕਿ ਬੱਚੇ ਜੁੜੇ ਰਹਿੰਦੇ ਨੇ
ਜੋੜ ਕੇ ਰੱਖੋ ਆਪਣੇ ਇੰਡੀਅਨ ਫੂਡ ਦੇ ਨਾਲ। ਆਪਾਂ ਨਾ ਕੁੱਕਰ ਦੇ ਵਿੱਚ ਐਡ ਕਰ ਲੈਣੇ, ਥੋੜ੍ਹੀ ਜਿਹੀ ਹੁਣ ਵਿਸਲ ਲੱਗੇਗੀ, ਥੋੜ੍ਹੀ ਜਿਹੀ ਹਾਲ ਨੇ ਸੱਕੜੀਆਂ ਵੀ ਉੱਪਰ, ਅਤੇ ਦੋ ਵਿਸਲਾਂ ਆਪਾਂ ਲਵਾ ਦੇਵਾਂਗੇ ਬੰਦ ਕਰਕੇ। लो जी अपनी होगी प्लेटिंग, देखो बहुत वधिया अपनी रेसिपी रेडी हुई है, तुसी भी बनायो जी, जवाई करियो जी।